ਉੱਥੇ ਤਾਂ ਦਈ ਹੈ ਦਾਮੂ ਦੀ ਮਾਂ। पता नहीं दामे दी मां अंदर थी तरह दी वदी है। कपड़े बदल दी वदी होनी है मालूम होंदा तो एमपीए दी सीट ते अलस्टन लड़ना ते कपड़े साफ होने चाहिए बंदे दे। दामे तो मेरे बारे पूछा दस्या मेरा दिल हित वाली ने विसाथ च ना जमे जिवें लोथी तणा वटेंदे पए ना हना ते नीता सेहत ते बड़ा ते थुरा ते ओनू दा मैनू ना हो जावे ਅੱਜ ਨਾ ਉਹ ਪਟੀ ਪਟੀ ਤੇ ਦੱਟੂ ਪੈ ਭਰੀਂਦੇ ਨੀ ਵੇਖ ਕੈਸ਼ਾ ਪਟੀ ਪਟੀ ਕੇ ਕੈਸ਼ਾ ਉਹ ਜਿਹੜੀਆਂ ਇਹ ਲੰਮਸੀਆਂ ਥਲੀਆਂ ਆਉਂਦੀਆਂ ਨੂੰ ਉੱਤੀ ਸਿਦਿੰਦੇ ਨੂੰ ਉਹਨਾਂ ਨੂੰ ਉਹ ਜਿਹੜੀਆਂ ਸੱਚੀਆਂ ਤਰੀਵੇਂ ਤਾਂ ਲੱਦਦੀਆਂ ਨੂੰ ਵੇਖ ਕੈਸ਼ਾ ਮੈਨੂੰ ਤਾਂ ਤੇਰੀ ਕੋਈ ਸਮਝ ਨਹੀਂ ਆਉਂਦੀ ਬੁਝਾਰਤਾਂ ਪੈਂਦਾ ਬੈਠਾ ਹੁੰਦਾ ਮੋਇਆ ਮਰਦੂਦ ਯਾਰ ਤੇਰੇ ਜਿਹੜੀਆਂ ਨਿੱਚੀਆਂ ਨਿੱਚੀਆਂ ਬੂਟੀਆਂ ਹੁੰਦੀਆਂ ਨੂੰ ਉਹਨਾਂ ਦੇ ਉੱਤੋਂ ਲੰਮਸੀਆਂ ਥਲੀਆਂ ਆਉਂਦੀਆਂ ਤੇ ਸਿਆਣੇ ਆਉਂਦੇ ਨੇ ਸੱਚੀਆਂ ਤਰੀਵੇਂ ਤਾਂ ਲੱਦਦੀਆਂ ਤੇਰਾ ਕੱਖ ਨਾ ਰਵੇ ਹਾਂ ਕੱਖ ਨਾ ਰਵੇ छोड़े नहीं पट्टे छले होंदे ने लाओ जाए ਇਹ ਸਾਰੀਆਂ ਮਿਹਰਬਾਨੀਆਂ ਤੇਰੀਆਂ ਹੋਰ ਮੈਨੂੰ ਦੁੱਪਾਂ ਤੇ ਲੈ ਕੇ ਫੇਰ ਕਦੀ ਅਹਿਸਾਸ ਕੀਤਾ ਵੀ ਬਾਹਰ ਦੀ ਹਵਾ ਮੇਰੀ ਨੂਰ ਦੇ ਮੂੰਹ ਤੇ ਲੱਗਦੀ ਤੇ ਪਟੀ ਵਈ ਮੇਰਾ ਚ ਹੋਰ ਦੇ ਲੈ ਮੈਂ ਤੇਰੇ ਤਾਂ ਝੱਲੀ ਅਡੇ ਨਾ ਇਹ ਤਾਂ ਫੀਡਰ ਤੇ ਰਫ ਲਈ ਲਿਆ ਤੇ ਸਾਰਾ ਦਿਨ ਤੈਨੂੰ ਆਇਓ ਸਾਥਿਆ ਬਾਹਰ ਤੇ ਨਾ ਝੱਲੀ ਝਲੋਰੀਆਂ ਜਿਹੀਆਂ ਸੁਣਾਈ ਰਸਲਾ ਅਯੋ ਕੰਮ ਕਰਿਆ ਨਾ ਤੇ ਨੂਰ ਤੈਨੂੰ ਇਸ ਤੋਂ ਵੱਧ ਕੇ ਪਿਆਰ ਕਰਿਆ ਹੈ ਅਯੋ ਇਸ ਤੋਂ ਵੱਧ ਕੇ ਪਿਆਰ ਕਰਿਆ ਸਾਰਾ ਦਿਨ ਮੈਨੂੰ ਧੁੱਪ ਤੇ ਭਜਾਈ ਵਦੋ ਨਾ ਨੂਰੋ ਕਣਕ ਵੜ ਲਾ ਨੂਰੋ ਆਈ ਕਰ ਲਾ ਓਏ ਕਰ ਲਾ ਇਸ ਪਿਆਰ ਨਾਲੋ ਨਾ ਤੂੰ ਤਾਂ ਦੀ ਮੈਨੂੰ ਥਾਣੇ ਦੇ ਛੱਡੇ ਨਾ ਉਹ ਸਸਰਾ ਇੱਤੇ ਵਾਰੀ ਮਾਰ ਤੇ ਬਹਾ ਤਾਂ ਛੱਡੇ ਦੇ ਨਾ ਹਾਂ ਐ ਤਾਰ ਤਾਂ ਥਾਈ ਨੇ ਜਿਹੜਾ ਛੱਟ ਜੱਟ ਬਾਦ ਉਹ ਸਾਥਿਆ ਮਾਰੀ ਰਸਣਾ ਤੇ ਤੂੰ ਕਰਤੂਤੀਆਂ ਜੇ ਨਾ ਕੀਤੇ ਕਾ ਜਿੱਤ ਤੈਨੂੰ ਲੱਗਦੀਆਂ ਅੱਛਾ ਅੱਬਾ ਤੇ ਦੇ ਦੇ ਹੋਇਆ ਮੁਝੇ ਤਾਂ ਮੇਰੀ ਲੱਗੀ ਹੋਈ ਕੋਈ ਨਹੀਂ ਜਿਹੜਾ ਅੱਬਾ ਵਿੱਚ ਵੜਿਆ ਬਲੋਂ ਤੂੰ ਤਾਂ ਦੀ ਅੱਬੇ ਨੂੰ ਬੋਝੇ ਤੂੰ ਦੱਤੂ ਆਂ ਹਾਂ ਤੇ ਤੈਨੂੰ ਪਤਾ ਜੀ ਹੋਇਆ ਵੀ ਅੱਬਾ ਘਰ ਮੈਨੂੰ ਨਜ਼ਰ ਕੋਈ ਨਹੀਂ ਆਉਂਦਾ ਪਿਆ ਤੋ ਕਿਨਾਂ ਗੀ ਹੋਇਆ ਉਸੇ ਯਾ ਤਾਂ ਅੱਬਾ ਤੇ ਸਾਨੂੰ ਲਾਚੀਆਂ ਦੇਵਣ ਦੇ ਹੋਇਆ ਤੇ ਯਾ ਮੈਨੂੰ ਸ਼ਾਤੇ ਅੱਬਾ ਤੇ ਦੇ ਤਿਸੇ ਦੇ ਅਸਤਾ ਤੇ ਮਸਤਾ ਤੇ ਤਲਦਾ ਹੀ ਤੋ ਨਹੀਂ ਆਇਆ ਲਾਚੀਆਂ ਦਾ ਕੀ ਮਤਲਬ ਹੁੰਦਾ ਹੈ ਲਾਚੀਆਂ ਦਾ ਕੀ ਮਤਲਬ ਲਾਚੀਆਂ ਤੇ ਸੈਂਟ ਸੀ ਨਾ ਲੋਟਾਂ ਦੇ ਤਨਾਂ ਚ ਦੇਨੇ ਆ ਤੇ ਅਦਲੇ ਮੁੜ ਤੜਤੇ ਦੇਨੇ ਤਿਸੇ 50 ਦਿੱਤਾ ਤਿਸੇ 100 ਦਿੱਤਾ ਅਸਾਂ ਲੱਖਾਂ ਰੁਪਈਆ ਲੋਟਾਂ ਤੋਂ ਲੈਣੇ ਨਹੀਂ ਅੱਛਾ ਹਾਂ ਲੱਖਾਂ ਰੁਪਏ ਚਲ ਤੱਲੂ ਮੇਰੇ ਕੱਪੜੇ ਕੋਈ ਨਹੀਂ ਲੱਖਾਂ ਰੁਪਏ ਜੋ ਲਵਣੇ ਨਹੀਂ ਕੋਈ ਉਤਰਾ ਸੂਟ ਲਾ ਦੇ ਮੈਂ ਅੱਜ ਤੱਲੂ ਦੇ ਦਿਲ ਦੀ ਵੀ ਪੂਰੀ ਤਾਰ ਅੱਜ ਤੂੰ ਜੋ ਮੰਦਸੇ ਤੈਨੂੰ ਦੇਸਾਂ ਇਹ ਤੇ ਪੈਸੇ ਨਾ ਮੰਦੀ ਤਪੜੇ ਤੇ ਮਹਿਤਾਬ ਨਾ ਮੰਦੀ ਸੋਨਾ ਚਾਂਦੀ ਨਾ ਮੰਦੀ ਬਹੁਤ ਜਿਹੜੀ ਸ਼ਾਇਦ ਫਰੂਟ ਨਾ ਮੰਦੀ ਦੋ ਸ਼ੁੱਧ ਨਾ ਮੰਦੀ ਬੜੀਆਂ ਚੀਜ਼ਾਂ ਮੇਰੀ ਇਹ ਨਹੀਂ ਹੈ ਕੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਮੇਰੀਆਂ ਲੋੜ ਦੀ ਹਰ ਚੀਜ਼ ਤੇ ਰੰਭਾ ਤੇਰੀ ਬੈਠਾ ਹੈ ਕੋੜੇ ਮੂੰਹ ਵਾਲੇ ਅੱਛਾ ਇਹ ਤਰ ਅੱਜ ਮੈਨੂੰ ਦਾਣਾ ਸੁਣਾ ਤੂੰ ਹਾਏ ਮੈਂ ਗਾਣਾ ਸੁਣਾ ਜਦੋਂ ਰਿਸ਼ਤਾ ਹੋਵੇਂ ਲੱਦਾ ਮੈਂ ਪਹਿਲੇ ਪੁੱਛਾ ਲੜਤੀ ਤੋਂ ਦਾਸ਼ਾ ਲੈਂਦੀ ਉਹਨਾਂ ਥਿਆ ਲੜਤੀ ਤੇ ਨੂਰ ਜਹਾਂ ਤੇ ਤਵੀਤਾ ਇੰਡੀਆ ਦੀ ਵਸਤੇ ਹੈ ਵੀ ਤੋਏ ਭਜਣਾ ਕੋਈ ਨਹੀਂ ਮੈਂ ਤੇ ਉਹ ਭਜਣਾ ਹੈ ਮੇਰੀ ਆਵਾਜ਼ ਇਤਨੀ ਸੁਰੀਲੀ ਹੈ ਨਾ ਸਾਰੇ ਥੇ ਦੇ ਬੰਦੇ ਇਕੱਠੇ ਹੋ ਜਾਂਦੇ ਨਹੀਂ ਅੱਛਾ ਚਲੋ ਅੱਜ ਤੋਏ ਨਾ ਤੋਏ ਤਾਂ ਸੁਣਾ ਚੁੱਪ ਕਰਕੇ ਸੁਣ ਨਹੀਂ ਅੱਛਾ ਤਾਂ ਥੁਰਤੂ ਹਮ ਤਾਂ ਥੁਰਤੂ ਹਾਂ ਵੇਖ ਲਈ ਕਾਟ ਵੇ ਟਰੱਟ ਮੋਇਆ ਪਹਿਲੇ ਮੇਰਾ ਗਾਣਾ ਤਾਂ ਸੁਣ ਹੈ ਮੇਰਾ ਗਾਣਾ ਸੁਣ
ਓਏ ਦਾਣਾ ਸੁਣਾ ਇਹ ਤੇਰੇ ਤਾਂ ਮੈਨੂੰ ਲੱਦੀ ਥਲੀ ਹਾਂ ਤੂੰ ਅਦਾ ਤਾਂ ਥੋਰੋ ਹਾਂ ਕਿਸੇ ਰੇ ਨੈਣਾ ਜਰਵਾਣਾ ਮੇਰਾ ਦਾਣਾ ਬਣਦਾ ਪਿਆ ਤੇ ਕੱਖ ਨਾ ਰਵੇ ਰੋਟੀ ਸਾਡੇ ਨਵਾਜ਼ ਦੇ ਸਮੋਚੀਆਂ ਦਾ ਦਾਣਾ ਉਹਨਾਂ ਦੀ ਬੁੱਢੜੀ ਇੰਨੇ ਵੈਣਾ ਦੀ ਆਪ ਛੋਟੀ ਮਰਦੇ ਹੀ ਹੋਈ ਹੋਵੇ ਮੈਂ ਵੈਣਾ ਨਹੀਂ ਬੈਠਾ ਮੈਂ ਤੈਨੂੰ ਗਾਣਾ ਸੁਣਾਈ ਵਿੱਚ ਤਾਂ ਮੈਨੂੰ ਗਾਣਾ ਆਖਿਆ ਸੁਣਾ ਤੇ ਦਾਣਾ ਸੁਣਾ ਤੂੰ ਤਾਂ ਪਿਤਾਸ ਨੂੰ ਧੱਤ ਦਿੱਤਾ ਮੈਨੂੰ ਮੈਂ ਗਾਣਾ ਸੁਣਾਵਾਂ ਦਾਣਾ ਸੁਣਾ मैं माही देखू तू पानी दा कड़ा जाल जाल के भर दी जिने थड़ा झुलेंदी पई ओ ढै ते भज जावना ते मोटर दा बेल अद्दे ठेर आ जावना ओ थोड़ा थोड़ा आराम आराम नाल दाणा बंदा दा मैं माही देखू तू पानी दा कड़ा जाल जाल के भर दिया अच्छा गल सुन या तो तुसी पूरे मिरासी ने मैनू शक है नहीं तो जेडे मिरासियां दे बाल है ना लिते लिते ओ भी अल्लाह दे बंदे राह दे च रोंदे नो आज प्यारा लगता है देख ले पहचान की तू वैण वेखी तू वैण नहीं जो दे चोसन तिसे दी बुढ़ी मार दे ओथे अल्लाह दे बंदे अदले मैनू साथ ते लाए दे ओना रोमण वाला तोई ना ओना छ तलू वैण हाथ लेना मथा मैं हाथ लेना ओना से बाज ओना दी बुढ़ी ते मैं वैण चाया लतालू पई नी चल दी सौची जाना लिए अमानी तेरिया चुपिया पौदिया भावराली नूरो दी हो दी मैं तेन दान सुने दा पैसा मेरे नाल पैसा की होया ओ मैनू ता दस ओ जट तू पिछे ले ध्यान चमड़ान दी तरह नी अम्मा दी याद आ अब 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 अला दस ओ अपना ना मैं तो देव में शादी ते तिथे शादी ते उथे मैं दाना आते लो तो तठे हो दे तिशा तठे हो दे सारे लोद उन्हें पूछा इन्हें तैं सदे होया ਉਹ ਜਿਹੜਾ ਬੇਲੀ ਮੈਨੂੰ ਸਾਥ ਤੇ ਲੈ ਦਿਆ ਉਹਨਾਂ ਆਖਿਆ ਇਹ ਸੱਦੇ ਹੋਇਆ ਮੈਂ ਉਸਲੇ ਬੈਠ ਚਾਹ ਤੇ ਨਹੀਂ ਚਲਦਾ ਪਿਆ ਮੂੰਹ ਨਾ ਉਹਨੂੰ ਮਾਰ 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 ਤੇ ਮੁੱਝ ਤਾਰ ਛੱਡਿਆ ਵੀ ਉਹ ਬੱਚਿਆ ਸਹੀ ਪਤਾ ਨਹੀਂ ਉਹਨਾਂ ਆਖਿਆ ਇਸ ਦੁਲੂ ਤਾਰ ਨੂੰ ਤੂੰ ਇੱਥੇ ਸੱਦਿਆ ਤੀਵੇਂ ਪਤਾ ਹੀ ਤਿਉਂ ਵੀ ਸਤੋਲਤੀ ਨਾਲ ਤਾਂ ਆਈਦਾ ਵਾ ਮੈਂ ਤੱਲੂ ਤੂੰ ਹੁਣ ਨਾ ਪਿਆ ਜਾਵੇਂ ਕਿਤੇ ਕਿਉਂਕਿ ਤੇਰੇ ਨਾਲ ਹੀ ਕੋਈ ਨਾ ਹੋਈ ਤੇ ਤੈਨੂੰ ਅਗਲੇ ਫਾਟ 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 ਅੱਲਾ ਅੱਲਾ ਮਾਲੇ ਸੇ ਹੁਣ ਇਹ ਤਾਰ ਮੇਰਾ ਦਿਲ ਲੈ ਮੈਂ ਸਾਂ ਪਵਾਂ थोड़ा जा दिरसाना तोलो ना छाड़ी तोलो मास लहा ला पिछा पैर कर बांधी ना खुरावड़िया नु खुरावड़िया नु ਚੰਗਾ ਭਲਾ ਬੰਦੇ ਦਾ ਮੂਡ ਖਰਾਬ ਕਰ ਦਿੰਦਾ ਕਹਿੰਦਾ ਪਿਆ ਇਹ 2 ਮਿੰਟ ਮੈਨੂੰ ਗੱਲ ਲਾ ਕੇ ਰੋ ਲਵੇਂ ਆ ਚੱਟ ਹੋਵੇਂ ਮਸ ਮਸ ਮੈਨੂੰ ਅੰਮਾ ਦੀ ਯਾਦ ਆਈ ਗਈ 2 ਮਿੰਟਾਂ ਨੂੰ ਰੋਣੀ ਮੈਂ ਸਾਰੀ ਉਮਰ ਵਾਸਤੇ ਨਹੀਂ ਰੋਂਦਾ ਪਿਆ ਤੈਨੂੰ ਦਾ ਲਾ ਤੇ ਅਦੇ ਤਾਂ ਇੱਥੇ ਸਾ ਰਹਿ ਦੇਈ 2 ਮਿੰਟਾਂ ਵਾਲੀ ਇਹ ਕੌਣ ਬਣ ਗਿਆ ਕੱਲ ਤਾਂ ਬਿਲਕੁਲ ਠੀਕ ਠਾਕ ਪਿਆ ਭਾਵੇਂ ਕੋਈ ਚੋਰੀ ਕਰਨ ਲੱਗਾ ਮੋਢੇ ਤੇ ਰੱਖੇ ਸਨੇ ਚਾਹੇ ਗਏ ਤਾਂ ਇਹ ਟੁੱਟ ਗਿਆ मेरा पोत्र तल्लू किदा डिठा ही कोई नू चाचा मैं तो कोनू डिठा यार मैं सुजे ना काम ही तो कोई नहीं करेंदा चाचा यो गल मैं तेरे कोल पूछवा साडे घर मुकदी काशा भी नहीं हर शाय आम है चाचा ओदी सवाणी नवे कपड़े पाई वदी हुंदी हुन तू दा प्यो है मैं तेरे अगे सवाल करूंगा सू भाई तेरा पुत्र है हुन मैंने इस गल दी नहीं समझ आंदी भाई ओ किदो ले आंदा केरा कारोबार करंदा ओदी चाचा कोई फरक कर मैं तो शक है हां तेरे उत्ते भी चाचा मेरे ते केड़ी शायद शक है तू राल के चोरियां ते नहीं करे सच्ची मान दे ना चाचा मेरी तौबा तू यार सुफेद बोशी तो ही सुफेद बोशी चाचा मैं तो सवेरे निकलता
अपनी मेहनत का कणक फेरा मारिया पट्ठा गाह कीता माल डंगर दा कीता मैं ते शामी मसे लत्ता छेक के मैं सोना मैं दो त्रै बारी पुछना तेरा दस पता ही कोई नहीं तल्लू दे पार पुछना ते चाचा मैं जेले मिले ना मैं ओदी वे मेहनत करे ना को कारोबार कार को काम हुआ दा यार मैं कदी तोड़े को काई छे मंगी ते वाकई उस मंगी भी कदी नहीं काई छे समझ तो मैनू नहीं आंदी होए मेरा पुत्र ते चाचा वा तेरा पुत्र है ना तो तू दी परख कर वे कि तू हर शै लेंदा पया ते के चक्कर है काई वे काई ये गल अच्छा मैं वैंदा पया हूं हां जो तो टकरे रख ते मेरा पियो आया ही हां ओ तैनू मिल तैनू पूछता बता चलो ठीक है जरूर को गल जरूर है मम्मी ढूट करे चाचे नूर के जिम्मे भी लाया ओ दल सुने ना दिता थंटी तेरे पिटास नु पिया बना बोतल नहीं गल परेशानी मां प्यो बड़ी आंदी औलाद दी चक्कर के विवादा कमांदा कोई नहीं समाणी ओदी रोजाना नवे कपड़े लैंदी करीमा पोडा रंग रत्ता ला ले सो ई इत्रो ठेडे पीड़ा छुटियां थलियां अबे नु अम्मा मरदई वेले नाल आप होदिया रंडण असि समाणी मरो दों टुरिए फिरिए तो आंदा पता नहीं छायर होवे शाला ती दल नाले मेरे दाले च दे चूसनी चूसनी दिस दे पाईए नहीं कोई नहीं तोई फीडर मेरे तो कोई नहीं तोई मेरे दाले च रफली काई शै ने ते मैं मासूम बाला जेड़ा मैं छड़या बना हैं रोजाना समाणी दी नवे कपड़े पाई वदी हुंदी कोई समझ नहीं आंदी पई इहदे कोल ए राज मैं मालूम जरूर कर लूं ओ बिस्मिल्लाह जनाब अस्सलाम वालेकुम वालेकुम सलाम की हाल है ठीक हो गाजी शुक्र है अल्लाह पाक ने ठीक ठाक और दूर मैंने देखा तो प्यार में मेले रल के होया मैं इतो आया मैं आखा विराह कर ला चलो चक्कर मारी जावा चार गड्डियां कढ़ियां नो गिड़वाने दिया अच्छा ते हालन होना पीछे कच्चा माल पे छोटा है ले अच्छा मैं आके हो जड़ा ओ तो चलो गिया निकल एदी तैयारी होने ते आ मर्चा जड़ी है ना वो शुरू कराई हुई है अच्छा ते एदी आ जा और शुक्र है अल्लाह पाक दा ठीक ठाक है तू सुना अपने अल्लाह दा शुक्र है चंगे रंग शुक्र है सोने रब दा बड़े रंग कड्डे होने जनाब और तुसी सुनाओ कब चोकिया गड्डियां भेजियां ने चार कितने आजकल केड़ी मंडी रेट कोई नहीं क्यों खर्चा ही नहीं पूरा हुंदा पया की बंदा करे तो मंडी बदल छोड़ो मंडी चार मंडियां तो बदले खलोते हैं कितने कितने भेजे हैं इस्लामाबाद गलियां दो गड्डियां अच्छा एक गड्डी लाहौर गली है एक फैसलाबाद लेकिन रेट कोई नहीं बड़े शहर आज कोई नहीं मुड़चनी ओट केड़े रेट होने सही है हालांकि रेट लगते हो इस्लामाबाद मंडी या लगनो या दे फैसलाबाद या लगनो या लाहौर अब बड़े शहर आ चो लेकिन रेट है ही कोई ना की बंदा करे उठे चलो भी अल्लाह मोड़ भी आ जाए शुक्र है अल्लाह का चोन इदवाना जरा ना लगो या मर्चा भी चंगी होईया खरोतिया ने आ देख ना मर्चा ते भी खावा मैं पनीरी जड़ी ना मैं ला छड़ा
दो फसल बन जाते हैं। बिल्कुल जी, ते अदवाड़ा का उपरा नाल टमाटर ना मैं लाया हुआ। अच्छा, हुण मेरा दिल है कि किला जड़ा ना गुलाब के फुलों का वो ला छड़ा। जरूरी है वो भी। हैं? जरूरी है। सदीक बिरा एक अपने सारे काम है ना पक्के फसल हैं तो बारिशें शुरू हुई हुई हैं तो मशीन है मैं लाई हुई। अच्छा, मेरा दिल है मैं एक तक कणक जा कुंजा लवान तो बाकी बालों गले वो दो त्रै गट्टू तो हिडवाणिया लाया मैं घर आके। चलो ठीक है, देख दे समय आप उठे वाड़ी थी उसे मेरे घर पे हो त्रै चार गट्टू उतू चाह के और आ जा। चलो मैं गल दे। ठीक है, वो मैं कोई रखे त्रै चार। अस्सलाम वालेकुम। वालेकुम। चंगा ठीक है। बजुर्दा का ना थी हाजी पहलवान रब ने बड़ा दिता है ओ तड़मे पिछू त्यों तू ताशा लेंदा राती मैनू थाप दे विचो टसरिया ओ साथिया तलु उठ मैं इत्थे शाला ठहर होवे मेरे पोत्र हीरे तोल जा आस प्यो दो तू तो सही मेनू बड़ा शर्म आया मैं इत मैं तिवे जावा मुड़ मैं अच्छा जावा इदू था बिच मेनू आदा पिया हूं यह दस प्यो दी तरना प्यो का जवाब देना था थोड़ा जा उच्चा बोल मैं स्टाने चो धर सुन रख लेंगे रख लेंगे हूं भी तेरा दिल भी मज मैं तेन दे छा अल्लाह दे बंदिया तू मज मैनू दे हाँ। ते जीवे ओ मेरे था बेच आया अच्छा। मेरे उत्ते हराम है मैं इन्हें ये सब से आतिले तू छोड़ दे मैं उन्हें देख रहे हाँ हाँ चलो ओ परले किले दे मज खलोती है और अनाल भाजा ना मैंने पहले नहीं हाँ चाल के देख ले हाँ ये तेरा दिल होवे हाँ चल ले जा चल दे लाद चल चलो 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 लायो तलो बड़ी फड़ा तुम्हारी है हाँ हूं नूरो नू सत्या मथन ला ते बावे सेरे च ला ते बावे नासा च ओनू दत्त मथोन ते बावे मूह था नूरो हूं मथन नेता दूए तू मैं हिरा दिते थंटी तू पता नहीं उन्हें हूं तेड़िया ठेठ पीड़ा छुट्टियां थलियां है चल मच तो लै जाने आए ना यार नवा राग है वो सुने ना तू राज जनाब ओ दूई नूरो आवाज शवाज आई नी तू सथिया उन्हां दी डाचियां थोल छड़ियां पर दिल राजी करे दा मैनू आखे यार मेरा विराह बने होया ऐसा कि कोई राग नवा कढे ना नवा राग अच्छा मैनू थोड़ा किले दमाज तो होर साथिया ए मैनू दस भाई
ਬੜਾਣੇ ਚੋਂ ਤਾਂ ਆ ਤੇ ਇੱਥੇ ਮੱਝੀ ਬੰਨਦਾ ਉਹ ਮੈਂ ਬੱਧੀ ਅਵੇ ਦਾ ਨੂੰ ਪਿਆ ਤੂੰ ਨੇਤਾ ਨਾ ਯਾ ਥੜਮਿਆ ਉਹ ਤਨੋ ਸੁੱਥੀ ਹੋਣਾ ਤੇ ਸਾਨੂੰ ਤਰਨਾ ਹੀ ਹੁਣ ਵੇਖ ਤੈਲੀ ਲਿਆ ਤੇ ਬੰਨ ਛੱਡੀ ਤੇ ਲਿਆਰੀ ਮਲੂਮ ਉਹਦੀ ਵਿਆਹ ਪਹਿਲੇ ਨਹੀਂ ਪਹਿਲੇ ਅੱਛਾ ਹੈ ਬੜੀ ਗੱਲ ਹੈ ਯਾਰ ਬੜੀ ਗੱਲ ਹੈ ਕਿਤਨੇ ਦੀ ਲਈ ਹੈ ਕਿਤਨੇ ਦੀ ਲਈ ਇਹ ਇਹ ਦੱਲਾਂ ਦਾ ਛੱਟਿਆ ਅੱਛਾ ਤੇ ਨਾ ਗੱਲਾਂ ਦਾ ਛੱਟਿਆ ਦੱਲਾਂ ਦਾ ਛੱਟਿਆ ਪਿਆ ਉਸ ਆਸੇ ਹੱਥਾਂ ਦੇ ਉਤੇ ਪੀਂਦੇ ਹੋ ਅੱਛਾ ਅੱਬਾ ਮੈਂ ਜਾਂਦਾ ਪਿਆ ਬੈਂਕ ਵਿੱਚ ਅੱਛਾ ਇਹ ਤੋਂ ਪੈਸੇ ਜਿਹੜੇ ਨਾ ਉਹ ਰੱਥਣ ਅੱਛਾ ਹੈ ਵਾਹ ਮੇਰਾ ਫਸ ਪੱਲੂ ਵਾਹ ਮੇਰੀ ਗਰੀਬੀ ਮੁਕਾ ਛੋੜੀਏ ਅਨੀ ਤੇ ਦੇ ਹੋਈ ਆ रोज मेरी बेइज्जती की दावे रेंदी रही मैं प्यार रेंदी यस दम थाने तू भी रल जा मेरे पोत्र तोलू मज लैन लद्या तेनू शर्म ते हया नहीं आया मैं आख्या वजह थी उस आख्या तू मैनू ये दस मज जा आ दई दो मैं पींदा पिया ते सालन ते रोटी मैं सिद्धू लेनी मुंशी होना
ਉਹਦੇ ਕੋਲ ਚਲਾ ਜਾ ਹਾਂ ਉਹਦੇ ਕੋਲ ਰੁਪਈਆ 10,000 ਵੀ ਲੈ ਲੈ ਹਾਂ ਤੇ ਖਲਵਾਰ ਦਾਣਿਆਂ ਦਾ ਵੀ ਲੈ ਲੈ ਠੀਕ ਹੈ ਵਾਤਿਆ ਹੀਰਿਆ ਸਾਬਤ ਕਰ ਦਿੱਤੇ ਪਿਓ ਦੀ ਖਿਦਮਤ ਇੰਨੇ ਤਰ੍ਹਾਂ ਤਰੇਂਦਾ ਰਹੇ ਅੱਛਾ ਹਾਂ ਚਲੋ ਅੱਲਾ ਉਹਦੀ ਜ਼ਿੰਦਗੀ ਅੱਲਾ ਉਹਨੂੰ ਜੰਨਤ ਤੇ ਜਾ ਦੇਵੇ ਹਾਂ ਅੱਲਾ ਪਾਕ ਉਹਨਾਂ ਦੀ ਜ਼ਿੰਦਗੀ ਖੈਰ ਕਰੇ ਅੱਲਾ ਪਾਕ ਤੇਰੀ ਵੀ ਲੰਮੀ ਜ਼ਿੰਦਗੀ ਹੋਵੇ ਮੈਂ ਆਉਂਦਾ ਰਹਾ ਤੈਨੂੰ ਥਾਪ ਸੁਣਾਉਂਦਾ ਰਹਾ ਤੇ ਤੂੰ ਪਿਓ ਦੀ ਖਿਦਮਤ ਕਰੇਂਦਾ ਰਹੇ ਖੈਰ ਹੋਵੇ ਅੱਲਾ ਪਾਕ ਉਹਨਾਂ ਨੂੰ ਜੰਨਤ ਤੇ ਜਾ ਦੇਵੇ ਚਲੋ ਇਸੇ ਬਹਾਨੇ ਚਲੋ ਹੀਰੇ ਦੇ ਪਿਓ ਨੂੰ ਸਵਾਬ ਤੇ ਮਿਲ ਸੀ ਨਾ ਕੋਈ ਗੱਲ ਨਹੀਂ मजदूरी कोई नहीं लभदी पई क्यों बहुत परेशान हाय दो दाड़े मजदूरी लगी आज त्रीय दाड़ा वेला हूं मैं कि चक्कर मारा ना कि मजदूरी तलाश कर आना सवेरे काम ते वैसा ओ खुदा दिया बंदिया ओ तू मेरे हाल आ जावे किसे शायद परेशानी है तेरे हाल मजदूरी कोई ओए अल्लाह दे बंदिया मैं 10 किलो वाड़ी गड्डी हुई हिडवाने दी अच्छा 10 किलो ही मिर्चा है नो क्या बात है एक कदवाड़ा टमाटर दा गड्डी होया मैं वाह जी वाह तम्मे सारे तो आ जावना ठीक है दिहाड़ी ते के कोई हिसाब किताब दिहाड़ी तन 700 रुपया देसा रोटी भी भलो भी ठीक है अल्लाह पाक तेरे बच्चे दी भी जिंदगी हिडवाने ते मोड़ तेरे अगे पीछे पाए होवने ना जितने मर्जी खा में बन घर दे भी खाने ਤੇ ਉਹ ਇੱਕ ਹੋਰ ਮੇਰਾ ਬੇਲੀ ਉਹ ਸ਼ਰੀਫ ਛੋਰ ਨਾਲ ਗਵਾਡੀ ਸਾਡੇ ਨੂੰ ਕਿਹੜਾ ਸ਼ਰੀਫ ਉਹ ਗਵਾਡੀ ਸਾਡੇ ਉੱਥੇ ਤਾਂ ਸਾਰੇ ਬਦਮਾਸ਼ ਰਹਿੰਦੇ ਸ਼ਰੀਫ ਤੋਂ ਉੱਥੇ ਨਹੀਂ ਸ਼ਰੀਫ ਨਾਂ ਦਾ ਛੋਰ ਹੈ ਅੱਛਾ ਨਾ ਸ਼ਰੀਫ ਅੱਛਾ 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 ਉਹਨੂੰ ਨਾਲ ਲਈ ਆਵਾਂ ਉਹ ਯਾਰ ਬੜੇ ਮਸਕੀਨ ਬੰਦੇ ਉਹ ਯਾਰ ਤੂੰ ਦੋ ਤਰੇ ਬੰਦੇ ਨਾਲ ਲਈ ਆ ਪਰ ਕੰਮ ਕਰਨ ਵਾਲੇ ਹੋ ਮੈਂ ਨਹੀਂ ਕੰਮ ਬੜੀ ਨੀਅਤ ਵਾਲਾ ਛੋਰ ਹੈ ਹਾਂ ਤੇ ਇੱਕ ਮਿਹਰਬਾਨੀ ਕਰੀ ਜੀ ਆ ਮੇਰਾ ਸਿਆਂ ਦਾ ਟਬਰ ਤੂੰ ਬੱਚੀ ਚਲੋ ਠੀਕ ਹੈ ਹਾਂ ਉਹ ਬੰਦਾ ਕੋਈ ਨਾ ਲਾਵੇਂ ਮੇਰੇ ਆਲੋ ਠੀਕ ਹੈ ਠੀਕ ਹੈ ਭਲੋ ਵੀ ਅੱਲਾ ਰਾਜ਼ੀ ਹੋਵੇ ਦੰਮੀ ਆਵੇਂ ਠੀਕ ਹੈ ਇਨਸ਼ਾਅੱਲਾ ਨਾ ਪੜਾ ਮਨੇ ਦੇ ਲੱਤਾਂ 'ਚ ਪੀੜ ਪੈ ਵੇ ਇੰਦੀ ਹਰ ਚੀਜ਼ ਕੋਝ 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 ਤੇ ਇਨਸ਼ਾਅੱਲਾ ਕੱਲਾ ਹੀ ਬੰਦਾ ਨਾ ਹੋਵੇ ਬੈਠੀ ਨੂਰੋ ਬਹਿਣਾ ਹਾਂ ਮੇਰਾ ਵੀਰਾ ਬੈਠੀ ਨਾਲ ਹੋਰ ਸੁਣਾਓ ਖੈਰ ਖਰੀਏ ਤੇ ਹਾਂ ਖੈਰ ਖਰੀਏ ਤੇ ਅੱਲਾ ਪਾਕ ਦਾ ਸ਼ੁਕਰ ਹੈ ਤੂੰ ਸੁਣਾ ਸ਼ੁਕਰ ਹੈ ਮਾਲਕ ਦਾ ਠੀਕ ਠਾਕ ਤੁਹਾਡੀਆਂ ਦੁਆਵਾਂ ਤੂੰ ਕਿਉਂ ਮੂੰਹ ਥੱਲੇ ਸੱਟੀ ਬਣਾ ਮੇਰੀ ਭੈਣ ਮੈਂ ਇੱਕ ਪਰੇਸ਼ਾਨੀ 'ਚ ਹਾਂ ਅੱਲਾ ਤੂੰ ਦੇ ਵੀਰਾ ਮੇਰੇ ਦੀ ਘਰ ਦੀ ਹਾਂਜੀ ਤੇ ਸਮਝ ਕੋਈ ਨਹੀਂ ਆਂਦੀ ਪਈ ਬਈ ਇਹ ਤੱਲੂ ਹਰ ਸ਼ੇ ਕਿਦੋਂ ਲੈ ਆਂਦਾ ਅਲਹਮਦੁਲਿਲਾ ਮੈਂ ਤਾਂ ਹਰ ਸ਼ੇ ਘਰ ਬੈਠੇ ਬਿਠਾਏ ਦਿੰਦਾ ਪਿਆ ਹੈ 10,000 ਰੁਪਏ ਹੀ ਕੱਲ੍ਹ ਦਿੱਤਾ ਸੂ ਇੱਕ ਖਲਵਾੜ ਦਾਣੇ ਦੇ ਘਰ ਸਟਿਆ ਸੂ ਮੈਨੂੰ ਨਹੀਂ ਪਤਾ ਬਈ ਕਿਦੋਂ ਲੈ ਆਂਦਾ ਪਰ ਇਹ ਹੈ ਵੀ ਮੈਨੂੰ ਘਰ ਐਸ਼ ਕਰਾਈ ਖਲੋਤਾ ਹੈ ਡੇਲੀ ਦੋ ਦੇ ਤ੍ਰੀਏ ਦੇ ਬਈ ਜੇ ਸ਼ਾਇਦ ਮੂੰਹ ਚ ਘੜਦੀ ਆਉਂ ਉਹ ਚੀਜ਼ ਪੂਰੀ ਹੋ ਪੈਂਦੀ ਹੈ ਮੇਰੀ ਭੈਣ ਅਗਲੇ ਦਾੜੇ ਮੈਨ ਮਿਲ ਲਿਆ ਮੈਂ ਉਹ ਖਲੋਤਾ ਸਵਨ ਨੇ ਕੋਲ ਅੱਛਾ ਤੇ ਮੈਂ ਨਾ ਦਾ ਪਿਆ ਏਟੀਐਮ ਕਾਰਡ ਦੇ ਵਿੱਚ ਪੈਸੇ ਕਢਾਵਣ ਕਰਨ ਵੈਂਦਾ ਪਿਆ ਹਾਂ ਕੋਈ ਸਮਝ ਨਹੀਂ ਆਂਦੀ ਭਾਈ ਮੈਨੂੰ ਇਹ ਪੈਸੇ ਨਾਲ ਘਰ ਦੇ ਐਸ਼ ਉਹ ਪ੍ਰਸਤੀ ਨਾਲ ਮੈਨੂੰ ਉਹਦੇ ਨਾਲ ਨਹੀਂ ਹੈ ਮੇਰੇ ਪਾਰੂ ਭਾਵੇਂ ਜਿੱਦੂ ਮਰਜ਼ੀ ਲੈ ਕੇ ਆਵੇ ਭਾਵੇਂ ਏਟੀਐਮ ਕਾਰਡ ਮਾਰੇ ਤੇ ਭਾਵੇਂ ਕਿਸੇ ਨੌਕਰੀ ਕਰਕੇ ਲੈ ਆਵੇ ਨੂਰੋ ਭੈਣ ਅਸੀਂ ਤਾਂ ਪਤਾ ਹੀ ਕਿਵੇਂ ਮਜ਼ਦੂਰੀਆਂ ਕਰ ਕਰ ਕੇ ਥੱਕ ਕਿਵੇਂ ਆਇਆ ਹੈ ਉਹ ਚਾਚਾ ਤੱਲੂ ਦਾ ਪਤਾ ਕਰਨ ਆਇਆ ਉਸ ਤੱਲੂ ਦਾ ਪਤਾ ਕਰਨਾ ਜਦੋਂ ਤੱਲੂ ਨਾ ਹੋਵੇ ਤੇ ਆ ਵਈ ਨਾ ਹੁਣ ਬੈਣ ਬੈਣ ਕਰਨ ਲੱਗ ਗਿਆ ਚਾਚਾ ਮੈਂ ਕਦੋਂ ਆਇਆ ਅੱਜ ਤੱਕ ਤੱਲੂ ਹੋਵੇ ਉਹ ਦਾੜੇ ਮੈਂ ਆਣਾ ਤੇ ਅੱਲਾ ਦੇ ਹੁਕਮ ਨਾਲ ਮੇਰੀ ਇਹ ਬਹਿਣ ਨਾਲ ਦੀ ਜੰਮੀ ਹੋਈ ਅੱਛਾ ਬਹਿਣ ਚੱਲ ਨਹੀਂ ਕਰ ਜਾ ਬਹਿਣ ਮੈਂ ਤੇਰੀ ਆਤਾ ਜਾਣਦਾ ਨਹੀਂ ਰਹਿੰਦਾ ਅੱਛਾ ਅੱਛਾ ਬਹੁਤ ਸਹੀ ਮੈਂ ਤੁਹਾਡੇ ਬੂਹੇ ਤੇ ਆਇਆ ਖਲਾ ਬੂਹੇ ਤੇ ਆਇਆ ਕਰੋ ਤੇ ਬਗੈਰ ਪੁੱਛੇ ਨਾ ਮੇਰੇ ਪੁੱਤ ਰੇ ਘਰ ਕੋਈ ਨਾ ਤੂੰ ਆ ਕੇ ਠੋਕ ਕੇ ਬੈਗ ਰਿਹਾ ਮੇਰੇ ਨਾ ਹੋਣਾ ਸ਼ਰਮ ਨਹੀਂ ਆਉਂਦੀ ਮੈਂ ਤੇ ਤੁਹਾਡੇ ਘਰ ਗਿਆ ਮੇਰੇ ਤੱਲੂ ਪੁੱਤ ਘਰ ਗਿਆ ਤੁਹਾਡੇ ਤੇਰੀ ਥਮਾਣੀ ਜੇ ਤੇਰੀ ਮਾਂ ਕੋਲ ਸਭ ਬੈਠਿਆ ਕਰ ਚਾਚਾ ਸਾਡੇ ਘਰ ਆ ਕੇ ਬਹਿ ਹੀ ਰਵੇ ਤਾਂ ਮੇਰਾ ਵਿਰਾ ਹੈ ਵਿਰਾ ਹੈ ਤੂੰ ਮੇਰਾ ਚਾਚਾ ਪਿਓ ਹੈ ਸ਼ਰਮ ਨਹੀਂ ਆਉਂਦੀ ਆਖਰ ਮੇਰੇ ਮੂੰਹ ਚ ਚਾਚਾ ਕੋਈ ਗਲਤ ਗੱਲ ਸੁਣੀਏ ਤਾਂ ਵਾਤੂ ਮਨ ਕਰ ਇਹ ਜਿਹੜੇ ਮੇਰੇ ਨੌ ਨਾਲ ਜੁੜੇ ਬੈਠਾ ਕੀ ਕਰੇ ਤਾਂ ਬੈਠਾ ਕਈ ਗੱਲਾਂ ਕਰੇ ਤਾਂ ਬੈਠਾ ਉਹਦੇ ਕੋਲ ਪੁੱਛ ਦੱਤਾ ਸੀ ਮੇਰੀ ਬੈਣ ਤੱਲੂ ਕਿਤੇ ਲੱਗ ਗਿਆ ਤੱਲੂ ਤਾਂ ਮੈਂ ਨਹੀਂ ਵਦਾਂ ਤਾਂ ਪਿਓ ਪੁੱਛ ਲਵਾਂ ਮੈਂ ਪਿਓ ਬਾਬਾ ਕਿਤੇ ਮੈਂ ਮਗਰ ਵਾਂਕ ਪੁੱਛਣਾ ਬਈ ਤੱਲੂ ਕਿਤੇ ਮੈਂ ਹਾਲ ਤਾਈ ਉਹਦਾ ਪੁੱਛਦਾ ਪਿਆ ਤੁਸੀਂ ਉੱਤੋਂ ਆ ਗਏ ਹੋ ਉੱਤੇ ਆ ਗਏ ਪਤਾ ਨਹੀਂ ਕਿਸ ਲਈ ਆਇਆ ਬੈਠਾ ਚਾਚਾ ਮੈਂ ਹਾਲੇ 2 ਮਿੰਟ ਵੀ ਨਹੀਂ ਹੋਏ ਮੈਂ ਡੇਢ ਘੰਟਾ ਹੋ ਗਿਆ ਚਾਚਾ ਮੈਂ ਲੱਖ ਵੈਨਾ ਲੱਖ ਵੈਨਾ ਲੱਖ ਵੈਨਾ ਮੈਂ ਹੁਣ ਲਿੱਤਰ ਮਰੇ ਤਾਂ ਤੈਨੂੰ ਬੇਸ਼ਰਮਾ ਤਾਂ ਕਲਵਾਂ ਨਹੀਂ ਮੂੰਹ ਚ ਆ ਕੇ ਲਗਾਉਂਦਾ ਚਬਲ ਘਰ ਬਣਾਇਆ ਖਲਤਾ ਹੈ ਸਾਨੂੰ ਜਿਹੜਾ ਆਉਂਦਾ ਕਿ ਅੰਦਰੇ ਆ ਕੇ ਬਾਹਰ ਆਉਂਦਾ ਅਸਲਾਮ ਅਲੈਕੁਮ ਜੀ ਵਾਲੇਕੁਮ ਅਸਲਾਮ ਉਹ ਜਨਾਬ ਕੀ ਹਾਲ ਹੈ ਅੱਲਾ ਪਾਕ ਦੇ ਸ਼ੁਕਰ ਹੈ ਇੱਕ ਮਹੀਨਾ ਗੱਲ ਦੀ ਸਮਝ ਨਹੀਂ ਆਉਂਦੀ ਪਈ ਹਾਂ ਤੇ ਮੇਰਾ ਦਿਲ ਲਾ ਕੇ ਮੈਂ ਤੇਰੇ ਕੋਲੋਂ ਪੁੱਛ ਹੀ ਲਵਾਂ
अच्छा हां पूछो जी। कणक तो काई नहीं बड्डी या रेड़ा दाणिया दा ते मां जग बुए ते आई खलोती है। हां 2.5-3 लाख रुपया दी मां जोई थोड़ी ना थड़ुकी। अच्छा वो किदो आई है हैं जेड़ा अल्लाह पात है ना कीड़े नु मी पत्थर दे विच रोजी देंदा या थोई नहीं देंदा। बिल्कुल देंदा पिया हैं हां सदा दांत थी सदे तो दे रंदे नहीं ए हुंदा है अदले पिछले पहाड़ दा पछावा। हां ते ए दलां रात दियां तू रात चरान तेनु तेड़ी लोड़े पुछण दे। मैं एवे गल पुछी है तेनु इस दल दी तदर दा पता हुंदा तेरा मां या प्यो तो मोयो है। प्यो मेरा मोयो है उत्थे रथिया तेरे दुस्तान च मुल्के शाह ए ओ तो मैथु मुड़ बहुत दूर होया अदर नेड़े हुंदा ना हां तो मुड़ मैं तैनू दसां बे तेरा अपना मेरा काम थी। अच्छा कि मुड़ दे तेरे ना गल्ला कर दे ना। ओ यार तैनू इना दलां नु थी तू जड़ी डाल पुछिए तो पुछ ले हुण जा मैं अपने बेली तोल जांदा पया। अरे गल ए है मेरे तोल तुसी हो साडे थे ते मेरा से हां ते आ वाड़ी दे जेड़े ना दो गट्टू हिड़वाणियां दे हां ओ वाड़ी चा के लै लेने। ओ बिस्मिल्लाह वाड़ी पात दई चार गड्डियां कढ़ियां ना। अच्छा हां चलो असी अजो जाने आ सवाणी मरो दट्टू चा थे ना भर ते लैने ते दो गट्टू जड़े ना त्रिया ना लेया मी मोड़ो। अच्छा मोड़ो अपनी हरकत ना भी खावे नहीं त्रिया अपना मैं ते छोहर दे नाम दा हो दे दामे दे नाम दा दामा होना माणा ला ओ किदे की होया हैं अपना देवासी दई भी नहीं ओ अपना होण अस दुनिया ते आवणा। ओ बेवकूफ आ बेवकूफ आ ਜਾਂ ਮੁੱਕਾ ਨੇ ਤੇ ਨੱਕ ਨਾਨਕਿਆਂ ਤੇ ਹੈ ਕਿ ਹਲੇ ਪੈਦਾ ਹੋਇਆ ਨੇ ਅੱਲਾ ਦੇ ਬੰਦੇ ਆ ਸਿਆਣੇ ਆਂਦੇ ਹੁੰਦੇ ਨੂੰ ਨਿੱਤੇ ਜੇ ਹੋਵੇ ਨਾ ਤਾਂ ਧਿਆਨ ਰੱਖੋ ਤੇ ਤਾਂ ਵੱਡਾ ਹੁੰਦਾ। ਉਹ ਜਿਹੜੇ ਦੋ ਗੱਟੂ ਖਾਵਣੇ ਨੇ ਨਾ ਉਹ ਰੱਤਾ ਲਾਲ ਹੋ ਸੀ ਗਿਆ। ਅੱਛਾ ਚਲੋ ਠੀਕ ਤੇ ਮਿਹਰਬਾਨੀ ਬਾਕੀ ਤੂੰ ਤ੍ਰਿਆ ਵੀ ਲੈ ਲੈ ਗੱਟੂ ਬਾਲ ਦੇ ਨਾਂ ਦਾ ਵੀ ਚਲੋ ਠੀਕ ਠੀਕ ਹੈ ਚੰਗਾ ਭਈਆ ਸਮਾਂ ਆਪਣੀ ਸਮਾਣੀ ਨੂੰ ਥਵੈਨਾ ਦੁਲਫੇ ਰੱਤੇ ਲਾਲ ਹੈ ਤਾਂ ਦੇ ਉਹ ਸੱਥਿਆ ਰੱਤੀ ਲਾਲ ਮਦਾਣੀ ਜੇ ਹਿੰਦਵਾਣੇ ਥਾ ਦੇ ਤਬਾਲ ਇੰਜ ਉਸੀ ਜਿਵੇਂ ਉਸ ਸਥਿਆ ਆ ਇਹ ਤੇ ਦਿਸ਼ਾ ਦਾ ਨਾਂ ਲਵਾਂ ਸਿਰ ਪਾਟੇ ਤਾਂ ਵਿੱਚੋਂ ਲਹੂ ਨਿਕਲਦਾ। ਹਾਂ ਮੈਨੂੰ ਲੱਗਦਾ ਅੱਛੂ ਬਿਰਾ ਨਹੀਂ ਆਉਂਦਾ ਪਿਆ ਦਾ ਕੀ ਹਾਲ ਹੈ ਜੀ। ਠੀਕ ਹੋ ਜਨਾਬ ਰਾਜੀ ਹੋ। ਥੱਕ ਗਿਆ ਯਾਰ ਭਾਈ ਸਦੀਕ ਬਾਜ ਬਾਜ ਕੇ ਨਾ ਥੱਕ ਗਿਆ ਬੜਿਆ ਮਰਚਾਂ ਲ ਗਿਆ ਵਾੜੀ ਅਲ ਗਿਆ ਅੱਜ ਕਥਰੇ ਸ਼ਰ ਬੇੜੀ ਬੁੱਢੀ ਖਰਾਬ ਹੋਈ ਪਈ ਹੈ। तेरा भला होवे 13 सालां बाद खुश कीते 13 साल हो गए शो दिन मोया हुण तो ओदियां हड्डियां ही निकलियां पईयां होणियां ਅੱਜ ਖੁਸ਼ ਕੀਤਾ ਹੀ ਉਹਨੇ। ਹਾਂ ਜਿੰਦੀ ਹੁਣ ਤੋਂ ਸੁੱਖ ਕੋਈ ਨਾ ਦਿੱਤੇ ਹੈ ਕਦੀ ਕਿਦੇ ਕਦੀ ਕਿਦੇ ਕਦੀ ਕਿਦੇ ਤੇ ਹੁਣ 13 ਸਾਲਾਂ ਬਾਅਦ ਤੋਂ ਖੁਸ਼ ਕਰ ਲਿਆ ਉਹ ਕਿਵੇਂ ਕੀਤੇ ਯਾਰ ਸਾਡੇ ਲੁਹਾੜੇ ਨਾ ਤੱਲੂ ਮੇਰਾ ਸੀ। ਹਾਂ ਉਹਦੇ ਖਾਬ ਵਿੱਚ ਆਉਂਦਾ ਮੇਰਾ ਪਿਓ ਹਲਾ ਉਹ ਜਿਹੜੇ ਵੇਲੇ ਵੀ ਮੇਰੇ ਕੋਲ ਆਉਂਦਾ ਨਾ ਹਾਂ ਜਿਹੜੀ ਸ਼ਾਇ ਉਹਨੂੰ ਆਉਂਦਾ ਮੈਂ ਉਹਨੂੰ ਦੇ ਛੱਡਦਾ। ਤੇਰੀ ਬੇੜੀ ਬੁੱਢੇ ਕਿਤੇ ਮਾਝ ਦਿੱਤੀ ਹੈ ਉਹਨੂੰ ਮਾਝ ਦਿੱਤੀ ਹੈ ਉਹ 2.5-3 ਲੱਖ ਦੇ ਮਾਝ ਤੋਂ ਦੇ ਛੱਡ ਲਿਆ ਰੀ ਪਹਿਲਣ ਦੇ ਛੱਡ ਕਣਕ ਵੀ ਦਿੱਤੀ ਹੈ ਕਣਕ ਇੱਕ ਖਲਵਾਰ ਕਣਕ ਦਾ ਵੀ ਦਿੱਤਾ ਹੈ। ਓਏ ਖੁਦਾ ਦਿਆ ਬੰਦਿਆ ਖੁਦਾ ਦਿਆ ਬੰਦਿਆ 4,000 ਰੁਪਇਆ ਮਣ ਕਣਕ ਹੈ ਤੇ ਤੂੰ ਉਹਨੂੰ ਖਲਵਾਰ ਕਣਕ ਦੇ ਮੈਂ ਤਾਂ ਹੀ ਤਾਂ ਨਾ ਕਿ ਨਾ ਨਾ ਵੱਡੀ ਕਦੀ ਕਣਕ ਨਾ ਕਦੀ ਇਹ ਨਾ ਅੱਲਾ ਦੀ ਅਮਾਨ ਕੀਤੀ ਬਾਹਰੋਂ ਕੋਈ ਨਾ ਕੋ ਮੰਗ ਕੇ ਲਿਆਉਂਦੇ ਨੇ ਤੇ ਆ ਕਣਾ ਕਿਦੂ ਇਹਦੇ ਘਰੋਂ ਆ ਗਈ ਉਸ ਤੇਰਾ ਬੋਦਾ ਜਿਹੜਾ ਹੈ ਨਾ ਸੋਹਣਾ ਠੱਪਿਆ ਇਹ ਦੱਸ ਕਦੀ ਪਿਓ 13 ਸਾਲਾਂ 'ਚ ਤੈਨੂੰ ਵੀ ਟਕਰਿਆ ਕੋਈ ਨਹੀਂ ਟਕਰਿਆ ਤੈਨੂੰ ਕੋਈ ਨਹੀਂ ਟਕਰਿਆ ਕੋਈ ਨਹੀਂ ਟਕਰਿਆ ਇਹ ਮੇਰਾ ਸਿਆਲ ਆਵਣ ਜਾਵਣ ਤਾਂ ਨਾਸ ਪੈ ਲੇ। ਅੱਛਾ ਓਏ ਅੱਲਾ ਦੇ ਆ ਬੰਦਿਆ ਤੇਰਾ ਉਸ ਬੋਦਾ ਬਣਾਏ ਪਿਓ ਤੇਰਾ ਹੈ ਤਾਂ ਟਕਰਦਾ ਮੈਂ ਮੇਰਾ ਸਿਆਲ ਦੇ ਘਰ ਜਾ ਕੇ ਤੈਨੂੰ ਕੋਈ ਨਹੀਂ ਸਮਾਈ ਆ ਕਾਲ ਤੇਰੇ ਚੋ ਚਲੋ ਹੁਣ ਆ ਲਵਾਂ ਲੈ ਹੁਣ ਸਮਝ ਆਈ ਏ ਆ ਲਵਾਂ ਲੈ ਆ ਲਵਾਂ ਜੇ ਆ ਬੇਵਕੂਫ ਆ ਮੈਥੂ ਪੁੱਛ ਤਾਂ ਸਹੀ ਤੂੰ ਘੜੀ ਕਢਾ ਕੇ ਬੈਠਾ ਅਸਲਾਮ ਅਲੈਕੁਮ ਬਿਸਮਿਲਲਾ ਵਾਲੇਕੁਮ ਅਸਲਾਮ ਆਏ ਤਾਂ ਸਮਲਿੰਦਾ ਆਇਆ ਖੈਰ ਹੋਵੇ ਆਏ
ਹਿਡਵਾਣੇ ਲਿਆਂਦੇ ਆ ਨੇ ਇੱਥੇ ਆ ਜਾ ਇੱਥੇ ਹਾਂ ਹਿਡਵਾਣਿਆਂ ਦੇ ਲਾਇਂਦੇ ਨੇ ਦੋ ਡੱਟੂ ਹਲਾ ਇੱਥੇ ਵਿਚਲੇ ਸਾਂ ਬਾ ਇੱਥੇ ਦਾਮਾ ਰਸ ਦਿਆ ਤੁਹਾਡੇ ਨਾਲ ਹਾਂ ਛੋਰ ਮੇਰਾ ਤੁਹਾਡੇ ਨਾਲ ਰੁੱਸਿਆ ਬਦਾ ਉਹ ਕਿਉਂ ਉਸ ਨਾ ਆਥਿਆ ਵੀ ਜਿਹੜਾ ਹੁੰਦੇ ਇਸੇ ਦਾ ਤੁਸਾਂ ਦੱਤੂ ਨਾ ਆਥਿਆ ਉਹ ਸਾਰੇ ਸੱਚੇ ਨਿਕਲੇ ਓਏ ਹੋਏ ਹੋਏ ਅਲਾ ਇਹ ਕਰੇ ਹਾਂ ਸ਼ਾਮੀ ਜਿਹੜਾ ਨਾ ਗੱਟੂ ਹੈ ਉਹਦੇ ਇਸੇ ਦਾ ਮੋਹ ਲੈਵੇਂ ਪਰ ਇਹ ਸੁਰਾਈਆਂ ਲੈਵੇਂ ਸੁਰਾਈਆਂ ਲੰਮੀਆਂ ਲੰਮ ਚੜ੍ਹ ਗਈਆਂ ਹਾਂ ਅੱਛਾ ਆਪਣਾ ਬੇਲੀ ਆਏ ਦੱਸੋ ਮੈਨੂੰ ਰਾਤੀ ਥਾਬ ਆਇਆ ਅੱਜ ਮੋੜ ਖਾਬ ਆਇਆ ਹਾਂ ਤੇ ਥਾਬ ਦੇ ਵਿੱਚ ਨਾ ਤੇਰਾ ਪਿਓ ਛਤਰਿਆ ਹੈ ਤੇ ਉਹ ਮੈਨੂੰ ਪਿਆਂਦਾ ਵੀ ਉਹਨੂੰ ਹਾਥੀ 10 ਕਿਲੋ ਅੰਬ 10 ਕਿਲੋ ਸੇਬ 10 ਕਿਲੋ ਆਲੂ ਬੁਥਾਰਾ ਅੱਛਾ 10 ਕਿਲੋ ਥੁਰਬਾਨੀਆਂ ਅੱਛਾ ਤੇ ਬਾਤੀ ਸਬਦੀ ਦਰੀ ਤੇ ਬਿਦਾਮ ਸ਼ਿਦਾਮ ਤੇ ਥਰੋਟੀ ਹੋ ਜੀ ਬਿਹਾਰ ਸ਼ਮੇ ਦੇ ਪੁੱਤ ਨੂੰ ਵਾਸ ਲੈ ਦੇ ਨਿਸਰੀਆਂ ਵੀ ਹਾਂ ਅੱਜ ਮੈਨੂੰ ਵੀ ਮਿਲੇ ਤੈਨੂੰ ਵੀ ਚੱਤਰਿਆ ਮੈਨੂੰ ਵੀ ਅੱਜ ਚੱਕਰਿਆ ਤੈਨੂੰ ਸੀ ਆਥਿਆ ਸੋ ਮੈਨੂੰ ਉਸ ਜਿਹੜਾ ਕੁਝ ਆਖਿਆ ਨਾ ਆ ਦੇ ਨੂੰ ਜ਼ਰਾ ਜਿਹੜੀ ਕਣਕ ਲੈ ਗਿਆ ਉਹ ਸਾਰੇ ਗੱਟੂਆਂ ਵਿੱਚ ਬੇਵਕੂਫ ਨਹੀਂ ਤਾਂ ਓਏ ਰਾਵੇ ਕਿਤੇ ਜਾਊਂ ਮੈਂ ਕਿਤੇ।